ਮੰਮੀ ਕੀ ਸੋਚੀ ਜਾਂਦੇ ਤੁਸੀਂ ਸਵੇਰ ਦੇ? ਸੋਚਣਾ ਪੁੱਤ ਕੀ, ਮੈਂ ਤਾਂ ਰਾਤ ਦੀ ਸੋਚਣ ਡਈ ਆ ਕੀ ਗੱਲ? ਕਿ ਉਹ ਕੁੜੀ ਵਿਚਾਰੀ ਦਾ ਕੀ ਬਣਿਆ ਹੋਊਗਾ ਜਿਹੜੀ ਮਨਪ੍ਰੀਤ ਵਾ। ਕੀ ਬਣਿਆ ਹੋਣਾ ਮੰਮੀ? ਉਹ ਨੀ ਪਤਾ ਨੀ ਵਿਚਾਰੀ ਦਾ ਰਿਸ਼ਤਾ ਹੋਇਆ ਕਿ ਨਹੀਂ ਹੋਇਆ, ਨਹੀਂ ਮੰਮੀ ਹੋਇਆ ਰਿਸ਼ਤਾ। ਪਰ ਅਸੀਂ ਨਾ ਚਲੋ ਸਾਡੇ ਕੋਲ ਵੀ ਗਲਤੀ ਹੋ ਗਈ ਆ, ਵੀ ਸਾਨੂੰ ਨਹੀਂ ਏਦਾਂ ਕਰਨਾ ਚਾਹੀਦਾ। ਗਲਤੀਆਂ ਤਾਂ ਮੰਮੀ ਸਾਰਿਆਂ ਕੋਈ ਹੋਈਆਂ ਵਾ, ਕੋਈ ਇੱਕ ਕੋਈ ਨਹੀਂ ਹੋਈਆਂ। ਜੇ ਸਾਰਾ ਕਸੂਰ ਤੇ ਮੇਰੇ ਚ ਨਿਕਲ ਆਇਆ ਨਾ, ਪਰ ਉਹਨਾਂ ਦਾ ਵੀ ਕਸੂਰ ਹੈਗਾ ਸੀ। ਸੁੱਖ ਦਾ ਵੀ ਪੂਰਾ ਸੀ, ਮਨਪ੍ਰੀਤ ਦਾ ਵੀ ਪੂਰਾ ਸੀ। ਇੱਕ ਝੂਠ ਕਰਕੇ ਦਾ ਰਿਸ਼ਤਾ ਛੁੱਟਿਆ, ਪਰ ਹਜੇ ਤੱਕ ਉਹ ਮੰਗੀ ਨਹੀਂ ਗਈ ਹੈਗੀ। ਤੇ ਮੈਂ ਜਿੱਦਣ ਉਹ ਪੁੱਛਿਆ ਸੀ ਨਾ, ਜਿੱਦਣ ਅਮਨ ਨੂੰ ਅੱਗੇ ਵੀ ਮਿਲੀ ਆ, ਜਿੱਦਣ ਹਰਚੋਆਲ ਮਿਲੇ ਆ, ਤੇ ਉਦਣ ਨੀ ਮੈਂ ਪੁੱਛਿਆ, ਤੇ ਆਂਦੀ ਮੇਰਾ ਹਜੇ ਤੱਕ ਉਹ ਤੇ ਟੋਰ ਨਾ ਦੱਸਦੀ ਮੇਰਾ ਰਿਸ਼ਤਾ ਨਹੀਂ ਹੋਇਆ। ਬਾਹਰ ਬੂਰ ਦਾ ਆਂਦੀ ਕੰਮ ਬਣਾਉਂਦੇ ਫਿਰਦੇ ਆ। ਨਿਆਣ ਮੱਤ ਵਾ ਕੀ ਉਹਨੇ, ਪਤਾ ਪੁਤਾ ਨੀ ਹੁੰਦਾ ਨਿਆਣਿਆਂ ਨੂੰ, ਅਜੇ ਕਿਹੜੀ ਉਮਰ ਸੀ, ਅਜੇ ਤਾਂ ਸਕੂਲੇ ਜਾਂਦੀ ਸੀਗੀ ਤੇ ਕੀ ਵਿਚਾਰੀ ਕਰਦੀ। ਤੇ ਫਿਰ ਚਲੋ ਮਹਾਰਾਜ ਹੁਣ ਉਹਨੂੰ ਕਿਤੇ ਚੰਗਾ ਹੀ ਚਲੋ ਰਿਸ਼ਤਾ ਹੋ ਜੇ, ਕੀਤਾ ਕੋਈ ਨੀ ਹੋਣ ਦਿੰਦੇ। ਲੋਕ ਪੁੱਛਦੇ ਆ ਕਿ ਭਾਨੀ ਭੁੰਨੀ ਮਾਰ ਦਿੰਦੇ ਤੇ ਅੱਗੇ ਵੀ ਇਹਦਾ ਰਿਸ਼ਤਾ ਟੁੱਟਾ ਵਾ, ਵਿਆਹ ਦਿੱਤੇ ਤੋਂ ਟੁੱਟ ਗਿਆ। ਇਹੋ ਤੇ ਫਿਰ ਮੰਮੀ ਗੱਲਾਂ ਵਾ, ਪਤਾ ਲੱਗ ਗਿਆ ਹੋਣਾ ਵਾ। ਇਹੋ ਜਿਹੀਆਂ ਗੱਲਾਂ ਲੁਕੀਆਂ ਲੁਕੀਆਂ ਛੁਪੀਆਂ ਥੋੜੀ ਰਹਿੰਦੀਆਂ ਵਾ। ਇਹੋ ਜਿਹੀਆਂ ਗੱਲਾਂ ਤੇ ਸਗੋਂ ਬਾਤ ਉਹਤੇ ਹੋ ਜਾਂਦੀਆਂ ਮਿੰਟਾਂ ਚ ਉਹਦੀ। ਹੋ ਤੇ ਜਾਂਦੀਆਂ ਪੁੱਤ, ਅਸੀਂ ਵੀ ਧੀਆਂ ਵਾਲੇ ਸੀ ਪਰ ਮਾੜੀ ਹੋਈ, ਕਿਤੇ ਚੰਗੇ ਥਾਂ ਵਿਚਾਰੀ ਦੇ ਸੰਜੋਗ ਹੋਣ ਹੋਣ। ਮੰਮੀ ਹਜੇ ਤੱਕ ਉਹਦਾ ਰਿਸ਼ਤਾ ਕਿਤੇ ਨਹੀਂ ਹੋਇਆ। ਜੇ ਕਿਤੇ ਹੋਇਆ ਵੀ ਹੋਊਗਾ ਨਾ, ਤੇ ਭਾਨੀਆਂ ਭੁਨੀਆਂ ਵੱਜ ਜਾਂਦੀਆਂ ਹੋਣਗੀਆਂ, ਕਿਉਂਕਿ ਜਦੋਂ ਅਸੀਂ ਰਿਸ਼ਤਾ ਛੱਡਿਆ, ਲੋਕੀ ਤੇ 100 ਪੌਣ ਛਾਣਾ ਕਰਦੇ ਆ ਕਿ ਨਹੀਂ ਕਰਦੇ, ਵੀ ਕਿਹੜੀ ਗੱਲ ਆਹੋ ਕਿਹੜੀ ਗੱਲੋਂ ਛੱਡਿਆ, ਕੀ ਗੱਲ ਹੋਈ। ਅਸਕਾ ਜਿਆਦਾ ਨਹੀਂ ਤੇ 6 ਮਹੀਨੇ ਤੇ ਮੰਗੀ ਰਹੀ ਆ ਮੰਗੇ ਉਹਦੇ ਨਾਲ ਮੰਨੇ ਦੇ। ਆਹੋ ਮੰਗੀ ਰਹੀ ਆ, ਵਿਆਹ ਦੀ ਵੀ ਗੱਲ ਹੋ ਗਈ, ਸਭ ਕੁਝ ਹੋ ਗਿਆ। ਆਹੋ ਤੇ ਜਦੋਂ ਸਾਏ ਤੇ ਵਿਆਹ ਆਇਆ ਹੋਵੇ, ਸਾਰੀਆਂ ਤਿਆਰੀਆਂ ਹੋਈਆਂ ਹੋਣ, ਉਦੋਂ ਰਿਸ਼ਤਾ ਛੱਡਿਆ ਹੋਵੇ ਤੇ ਪਤਾ ਤੇ ਲੱਗਣਾ ਹੀ ਆ। ਪਤਾ ਲੱਗਣ ਉਹ ਰਹਿੰਦਾ ਨੀਗਾ ਹੈਗਾ ਨਾ ਕਿੱਥੇ, ਉਹ ਤੇ ਮੰਗੇ ਹੀ ਇੰਟ ਪੈਲਸ ਵੀ ਕੀਤੇ ਸਭ ਕੁਝ, ਤੇ ਫਿਰ ਗੁੱਜੀ ਕੇ ਰਹਿਣ ਵਾਲੀ ਗੱਲ ਥੋੜੀ। ਜਦੋਂ ਮੰਮੀ ਮੈਂ ਕਹਿੰਦੀ ਸੀ ਨਾ, ਬਕਜੋ ਬਕਜੋ ਬਕਦੀਆਂ ਦੋਵੇਂ ਨਹੀਂ ਹੈਗੀਆਂ, ਅਸੀਂ ਤੇ ਆਪਣੀ ਕੁੜੀ ਦਾ ਢੱਕਣ ਢੱਕ ਲਿਆ, ਤੇ ਉਹਦਾ ਤੇ ਹੁਣ ਹੋ ਗਿਆ ਕਿ ਨਾ ਖਲਾਰਾ ਪੈ ਗਿਆ ਕਿ ਨਹੀਂ। ਭਾਵੇਂ ਉਹਦਾ ਕਸੂਰ ਧੀਆਂ ਵਰਗੀ ਸੀਗੀ, ਹੈ ਤੇ ਮੰਮੀ ਉਹਦੀ ਧੀਆਂ ਵਰਗੀ ਸੀ, ਕਸੂਰਾਂ ਤੇ ਹੈਗੀਆਂ ਨਾ। ਹੁਣ ਖੁੱਲੇ ਆਮ ਮੇਲੇ ਮੱਸਿਆ ਫਿਰਦੀ ਹੈ, ਜਿੱਥੇ ਜਾਈਏ ਉੱਥੇ ਟੱਕਰ ਜਾਂਦੀ ਆ। ਤੇ ਆ ਜਿਹੜੀ ਉਹ ਸਾਡੀ ਅਮਨ, ਉਹਨੇ ਇਹਦਾ ਨੰਬਰ ਵੀ ਲੈ ਲਿਆ ਸੀ ਤੇ ਹੋਰ ਕੀ, ਮਾਰ ਉਹਦੇ ਨਾਲ ਜੋਟੇ ਪਾਏ ਸੀ ਮੇਲੇ ਦੇ ਵਿੱਚ। ਮੈਂ ਜੇ ਮਾੜੀ ਜੀ ਵੀ ਗੱਲ ਅਮਨ ਨੂੰ ਪਤਾ ਲੱਗ ਗਈ ਨਾ, ਵੀ ਇਹੋ ਇਹਦੇ ਨਾਲ ਮਨੇ ਨਾ ਮੰਗੀ, ਮੁੜ ਕੇ ਸਾਡੇ ਘਰ ਵੀ ਪਵਾੜਾ ਪੈ ਜਾਣਾ। ਤੇ ਜੇ ਫੋਨ ਨੰਬਰ ਲੈ ਲਿਆ ਵਾ ਤੇ ਗੱਲ ਨਿਕਲਣ ਨੂੰ ਰਹਿੰਦੀ ਤੇ ਨਹੀਂ ਹੈਗੀ। ਮੈਂ ਤੇ ਆਪ ਉੱਥੇ ਵੇਖਿਆ ਉਹਦਾ ਪਿਓ ਨਾਲ ਨਾਲ ਤੁਰਿਆ ਪਿਆ, ਤੇ ਮੈਂ ਤੇ ਪਛਾਣ ਹੋ ਕੇ ਵੇਖ ਕੇ ਤੇ ਪਛਾਣ ਹੋ ਕੇ ਖਲੋ ਗਈ। ਤੇ ਮੰਮੀ ਪਿਓ ਨੇ ਨਾਲ ਨਾਲ ਤੁਰੇ ਫਿਰਨਾ, ਹੁਣ ਉਹ ਕਿਸੇ ਪਾਸੇ ਜੋਗੀ ਰਹੀ ਨਹੀਂ ਆ। ਇੱਥੇ ਪੜ੍ਹ ਲਿਖ ਜਾਊਗੀ, ਬਾਹਰ ਚੱਲ ਜੂ, ਕਿਤੇ ਉਹਦਾ ਕਿਤੇ ਹੋ ਜਾਊਗਾ ਕਿਤੇ ਰਿਸ਼ਤਾ, ਨਹੀਂ ਤੇ ਇੱਥੇ ਤੇ ਹੋਣਾ ਨਹੀਂ। ਹੁਣ ਉਹ ਰਹਿ ਗਿਆ ਬਸ ਹੁਣ। ਤੂੰ ਕਿੱਧਰ ਫਿਰਨ ਡਈ ਆ? ਮੈਂ ਤੁਹਾਨੂੰ ਦੇਖਦੀ ਸੀ ਤੇ ਇੱਥੇ ਬੈਠੇ। ਕੋਈ ਬੰਦਾ ਫਲ ਪੂਰੀ ਕੱਟ ਲੈਂਦਾ ਖਵਾ ਦਿੰਦਾ ਵਾ। ਆਹੋ ਤੇ ਚੱਲ ਕੋਈ ਨਹੀਂ, ਮੈਂ ਲੈ ਆ ਗਈ, ਮੈਂ ਤੁਹਾਨੂੰ ਦੇਖਣ ਲਈ ਆ। ਕਦੀ ਤੁਸੀਂ ਬਾਹਰ ਮੈਚ ਖੇਡਣ ਚੱਲ ਜਾਂਦੇ ਆ ਤੇ ਜੇ ਹੁਣ ਅੱਜ ਘਰ ਆ ਤੇ ਫਿਰ ਠੀਕ ਹੁੰਦੇ ਤੇ ਲੱਗ ਲੱਗਦੇ ਨੇ। ਉਹ ਤੇ ਮਾ ਹੁੰਦਾ ਮੈਚ ਖੇਡ ਕੇ ਵੀ ਮਤਾਂ। ਆਹੋ ਤੇ ਮੈਂ ਨਾ ਕਹਿਣਾ ਹੀ ਤੁਹਾਨੂੰ, ਮੈਂ ਕਿਹਾ ਮੇਰਾ ਚਾਰਜ ਖਤਮ ਹੋ ਗਿਆ ਤੇ ਚਾਰਜ ਹੀ ਕਰਾ ਦਿਓ, ਫੋਨ ਫਾਨ ਕਰਨਾ ਪਏਗਾ। ਕਰਾਉਣਾ ਕਿ ਮੈਂ ਆਪ ਹੀ ਕਰ ਦਿੰਦਾ, ਇਥੋਂ ਕਰ ਦਿੰਦਾ। ਆਹੋ ਤੇ ਕਰ ਦਿਓ, ਫੋਨ ਕਰਨਾ ਪਏਗਾ ਕਿਸੇ ਨੂੰ। ਆਹ ਕੋਈ ਤੇ ਮੇਰਾ ਫੋਨ ਲੈ ਲਾ ਜੇ ਕਰਨਾ ਹੋਵੇ। ਨਹੀਂ
ਚੱਲ ਬਾਬਾ ਕਰ ਦਿੰਦਾ ਵਾ। ਕਰ ਦਿਓ ਦੋ ਸਿਮਾਂ ਪੈਂਦੀਆਂ ਵਾ, ਕਦੇ ਆਈਫੋਨ ਚ ਨੀ ਪੈਂਦੀਆਂ, ਪਰ ਉਹ ਚ ਵੀ ਪੈ ਜਾਂਦੀ ਹੈ। ਕਿੰਨਾ ਕਿ ਦਿਨ ਪਤਾ ਲੱਗ ਹੀ ਜਾਣਾ ਵਾ ਤੇ ਪੁਰਾਣੇ ਪੈ ਗਏ ਹੈ, ਬੜੀ ਤੇਜ਼ ਹੁੰਦਾ ਹੈ। ਤੇ ਮੇਲਾ ਮਸਾ ਇਹਨਾਂ ਕੋਈ ਨਹੀਂ ਛੱਡਣਾ ਹੁੰਦਾ, ਜਿੱਥੇ ਅਸੀਂ ਜਾਂਦੇ ਉੱਥੇ ਟੱਕਰ ਪੈਂਦੀ ਆ, ਬੜੀ ਹੈਰਾਨਗੀ ਵਾਲੀ ਗੱਲ ਵਾ। ਕੀਤਾ ਇੱਕ ਦੂਜੀ ਨੂੰ ਫੋਨ ਤੇ ਨਹੀਂ ਕਰ ਲੈਂਦੀਆਂ? ਨਹੀਂ ਮੰਮੀ ਹਜੇ ਕਰਦੀਆਂ, ਹਜੇ ਉਸ ਦਿਨ ਮੇਰੇ ਸਾਹਮਣੇ ਇਹਨਾਂ ਨੇ ਨੰਬਰ ਲਿਆ ਵਾ, ਹਜੇ ਕਿੱਥੋਂ ਕਰਦੀਆਂ ਵਾ। ਫਿਰ ਇਹਨੂੰ ਮਨਪ੍ਰੀਤ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਇਹਨੂੰ ਪਤਾ ਵੀ ਹੈਗਾ ਵਾ ਵੀ ਉਹ ਮੰਨੇ ਦੀ ਘਰ ਵਾਲੀ ਆ, ਤੇ ਮੈਨੂੰ ਨਾ ਮਿਲਾਂ। ਮੈਂ ਵੀ ਸਾਹਮਣੇ ਖਲੋਤੀ ਸ਼ਰੇਆਮ ਜੱਫੀਆਂ ਪਾ ਪਾ ਉਹਨਾਂ ਨਾਲ ਗੱਲਾਂ ਕਰਨ ਦੀ। ਚਲੋ ਜੇ ਪਹਿਲਾਂ ਸਹੇਲੀਆਂ ਹੋਣਗੀਆਂ ਤੇ ਹੋਣਗੀਆਂ ਤੇ ਹੁਣ ਤੇ ਉਹਨੂੰ ਪਤਾ ਲੱਗ ਹੀ ਗਿਆ ਨਾ। ਸਭ ਤੋਂ ਵੱਡੀ ਤੇ ਗੱਲ ਮੰਮੀ ਇਹ ਵਾ ਹੁਣ ਜਿੱਦਾਂ ਉਹ ਮਨਪ੍ਰੀਤ, ਮਨਪ੍ਰੀਤ ਨੂੰ ਪਤਾ ਹੀ ਆ ਵੀ ਇਹ ਮੇਰੀ ਮੰਗ ਸੀ, ਉਹਦੇ ਨਾਲ ਹੁਣ ਮੇਰੀ ਸਹੇਲੀ ਦਾ ਵਿਆਹ ਹੋਇਆ ਵਾ, ਤੇ ਮੈਂ ਹੁਣ ਹੀ ਨਾ ਇਹਨਾਂ ਦੇ ਲਾਗੇ ਲਾਗੇ ਖਲੋਵਾਂ। ਬੰਦਾ ਹੌਲੀ ਜਿਹੀ ਕਿਨਾਰਾ ਕਰ ਲੈਂਦਾ ਵਾ, ਪਰ ਕਿੱਥੋਂ ਕੁੜੀਆਂ ਨੂੰ ਤੇ ਅੱਜ ਕੱਲ੍ਹ ਦੀਆਂ ਸ਼ਰਮ ਹੀ ਹੈ ਨੀ ਗੀ। ਇਹ ਤੇ ਗੱਲ ਹੈ ਵਾ। ਚਲੋ ਤੁਸੀਂ ਆਪਾਂ ਇਹਨੂੰ ਜਾਂ ਦੱਸ ਦਈਏ ਕਿ ਆਹ ਗੱਲ ਵਾ, ਜੇ ਦੱਸਤਾ ਤੇ ਹੋਰ ਨਾ ਸਾਡੇ ਘਰ ਵੀ ਪਵਾੜਾ ਪੈ। ਪਵਾੜਾ ਮੰਮੀ ਪੈਣਾ ਹੀ ਪੈਣਾ ਵਾ ਵੀ ਤੂੰ ਨਾ ਉਹਨੂੰ ਮਿਲ। ਪਰ ਉਹਦੀ ਗੱਲ ਕਰ ਵੀ ਜੇ ਤੂੰ ਓਲੇ ਛਪੇ ਕਿਤੇ ਵੇਖ ਹੀ ਲਿਆ ਵਾ, ਤੂੰ ਕਾਂ ਪਛਾਂ ਹੋ ਜਾ, ਤੂੰ ਚੇਚੀ ਆਣ ਆਣ ਕੇ ਮਿਲ ਰਹੀ ਉਹਨੂੰ। ਉਹ ਕਿਤੇ ਇਹਨੂੰ ਤੇ ਨਹੀਂ ਚੁੱਕਣਾ ਦੇਣੀ, ਸਮਝਦੀ ਕਿ ਇਹਨੂੰ ਚੁੱਕਣਾ ਦਵੇ ਤੇ ਇਹਨਾਂ ਦੇ ਘਰ ਫਸਾਦ ਪੈ ਜੇ। ਨਹੀਂ ਮੰਮੀ ਇੰਨੇ ਜੋਗੀ ਹੈ ਨਹੀਂ ਆ ਮਨਪ੍ਰੀਤ, ਨਾ ਇੰਨੇ ਜੋਗੀ ਹੈ ਨਹੀਂ ਆ, ਉਹਦਾ ਦਿਮਾਗ ਮੋਟਾ ਵਾ ਤੇ ਤਾਂ ਹੀ ਕਰਕੇ। ਨਹੀਂ ਤੇ ਹੁਣ ਮੈਂ ਹੀ ਆ ਮੰਮੀ, ਚੱਲ ਹੋਰ ਦੂਰ ਕਿਤੇ ਕੀ ਜਾਣਾ, ਮੈਂ ਹੀ ਕਿਸੇ ਨਾਲ ਮੰਗੀ ਹੋਵਾਂ ਤੇ ਮੇਰਾ ਰਿਸ਼ਤਾ ਛੁੱਟ ਜੇ ਤੇ ਮੇਰੀ ਸਹੇਲੀ ਦਾ ਉਹਦੇ ਨਾਲ ਵਿਆਹ ਹੋ ਜਾਏ ਤੇ ਮੈਂ ਕਰੂੰਗੀ ਇਦਾਂ, ਮਿਲੂੰਗੀ ਉਹਨੂੰ? ਮੈਂ ਤਾਂ ਆਹਰਾਂ ਦਾ ਗੁੱਸਾ ਚੜਨਾ ਚਾਹੀਦਾ। ਦਿਮਾਗ ਹੀ ਮੋਟਾ, ਦਿਮਾਗ ਮੋਟਾ ਵਾ ਕੇ ਹੋਰ ਕੀ ਆ। ਚਲੋ ਜੋ ਹੋ ਗਿਆ ਧੀਏ ਚੰਗਾ ਹੋ ਗਿਆ। ਤੇ ਰਹੀ ਗੱਲ ਮੰਮੀ, ਤੂੰ ਨਾ ਇੰਨਾ ਸੋਚ, ਅਗਲੇ ਤਾਂ ਮੰਮੀ ਡੈਡੀ ਹੈਗਾ ਸੋਚਣ ਨੂੰ, ਵਿਆਹੀ ਜਾਵੇ ਨਾ ਵਿਆਹੀ ਜਾਈ, ਹੁਣ ਅਸੀਂ ਕੀ ਕਹਿ ਸਕਦੇ ਤੇ ਕੀ ਕਰ ਸਕਦੇ, ਸਾਡਾ ਤਾਂ ਮੁੰਡਾ ਵਿਆਹ ਗਿਆ ਨਾ। ਮੈਂ ਤੇ ਵੇਖਿਆ ਤੇ ਮੈਨੂੰ ਸੋਚ ਜੀ ਰਾਤ ਦੀ ਬੜੀ ਆਉਣ ਡਈ ਆ, ਤੇ ਤੂੰ ਚੰਗਾ ਹੋਇਆ ਚੱਲ ਪੁੱਛ ਲਿਆ, ਮਨ ਹਲਕਾ ਹੋ ਗਿਆ ਇਹਦੇ ਨਾਲ। ਮੰਮੀ ਤੈਨੂੰ ਤੇ ਆਹ ਸੋਚ ਆਉਣ ਡਈ ਤੇ ਮੈਨੂੰ ਆਹ ਸੋਚ ਆਉਣ ਡਈ, ਹਏ ਕਿਤਰਾ ਤੂੰ ਸਾਹਮਣੇ ਹੋਈ ਜਾਂਦੀ ਘੜੀ ਪਿੱਛੋਂ, ਕਿਤਰਾ ਸਾਹਮਣੇ ਹੋਈ ਜਾਂਦੀ, ਤੈਨੂੰ ਮਾਸਾ ਨੀ ਵਿਚਾਰ ਆਉਂਦੀ ਵੀ ਜਿਨ੍ਹਾਂ ਨੇ ਤੇਰਾ ਰਿਸ਼ਤਾ ਛੱਡਿਆ ਤੂੰ ਉਹਨਾਂ ਦੇ ਗਾੜੀ ਉਹ ਖਲਾਉਣ ਡਈ, ਆ ਮੈਂ ਧੂ ਕੇ ਲਿਆਂਦਾ ਅਮਨ ਨੂੰ, ਨਹੀਂ ਤੇ ਉਹ ਤੇ ਆਪਣੇ ਆਪ ਪਿਛਾਂ ਹੁੰਦੀ ਨੀ। ਦਿਮਾਗ ਇੰਨਾ ਖੋਤੇ ਦਾ ਭਰਿਆ ਵਾ, ਅਕਲ ਹੀ ਹੈ ਨਹੀਂ। ਆਹੋ ਕਿ ਉਹੀ ਗੱਲ, ਅਕਲ ਹੀ ਹੈ ਨਹੀਂ। ਹੁਣ ਮੈਂ ਤੇ ਆਖਾਂ ਕਿ ਤੁਹਾਡੇ ਭਾਜੀ ਨਾਲ ਪਵਾੜਾ ਪਾ ਦੇ, ਇਹਨੂੰ ਕੋਈ ਗੱਲ ਬਾਤ ਕੁੜੀ ਨੂੰ ਦੱਸ ਕੇ ਆਪਣੀ। ਜਦੋਂ ਮੰਮੀ ਨੰਬਰ ਲਏ ਗਏ ਆ ਨਾ ਤੇ ਪਵਾੜਾ ਪਿਆ ਹੀ ਲੈ, ਹੁਣੇ ਹੁਣੇ ਵਰਜ ਲਓ। ਜਿੱਦਣ ਮੈਂ ਬੋਲ ਪਈ ਨਾ ਫਿਰ ਮੰਨੇ ਨੇ ਕਹਿਣਾ ਮੇਰਾ ਘਰ ਜਾੜਨ ਡਈ ਆ, ਫਿਰ ਮੇਰਾ ਹੀ ਨਾਂ ਲੱਗਣਾ।
ਫਿਰ ਮੈਂ ਹੀ ਸਮਝਾਵਾਂ ਇਹਨੂੰ। ਤੇ ਹੋਰ ਤੁਸੀਂ ਹੀ ਸਮਝਾਓਗੇ। ਚਲੋ ਮੰਨਿਆ ਕੀ ਗੱਲ ਆ? ਹਾਂਜੀ ਬੜੀਆਂ ਜਵਾਨਾਂ ਚਲ ਗਈ ਹੁਣ ਟਾਈਮ ਨਾਲ ਹੀ। ਕੀ ਬੰਦਾ ਕਰੇ ਹੁਣ ਬੰਦਾ ਫਸਿਆ ਕੀ ਗੱਲ ਨਿਕਲ ਜਾਂਦੀ ਮੂੰਹੋਂ। ਗੱਲਾਂ ਸਾਰੀਆਂ ਕਰ ਪਰ ਹੋਸ਼ ਹਵਾਸ ਚ ਰਹੀ ਥੋੜਾ ਜਿਹਾ। ਇਹ ਸਿਆਪਾ ਬੜਾ ਤਗੜਾ ਪਿਆ ਨਾ, ਕੱਲ ਨੂੰ ਵੀ ਗੱਲਬਾਤ ਹੋ ਗਈ ਤੇ। ਉਹ ਤਾਂ ਮੈਂ ਸੋਚਣ ਡਿਆ ਤੇਜ਼ ਬੜੀ ਆ ਤੇ ਗੱਲ ਨਿਕਲ ਹੀ ਹੁੰਦੀ ਬੰਦੇ ਕੋਲ। ਪਰ ਤੂੰ ਆਪਣਾ ਭੇਜਣਾ ਨਾ ਨਵੀਂ ਨੂੰ। ਮੇਰਾ ਜੀ ਕਰਦਾ ਮੈਂ ਦੱਸ ਹੀ ਦੇਵਾਂ ਇਹਨੂੰ। ਉਹ ਨਹੀਂ ਗੁਰੂਆ, ਇਹ ਕਲਾ ਪੈ ਜਾਣੀ ਫਿਰ। ਕਲਾ ਕਿ ਮੇਰੀ ਕਿਹੜੀ ਗਰਲ ਫਰੈਂਡ ਵਾ, ਮੇਰਾ ਤਾਂ ਮੰਗਣੀ ਹੋਈ। ਉਹ ਫਿਰ ਉਹਨੇ ਕਹਿਣਾ ਤੂੰ ਸਾਨੂੰ ਪਹਿਲਾਂ ਨਹੀਂ ਦੱਸਿਆ, ਸਾਨੂੰ ਵਿਆਹ ਤੋਂ ਪਹਿਲਾਂ ਨਹੀਂ ਦੱਸਿਆ। ਬੁੜੀਆਂ ਤੈਨੂੰ ਪਤਾ ਬਹਾਨੇ ਲੱਭਦੀਆਂ ਲੜਨ ਦੇ। ਇੰਨਾ ਡਰ ਤਾਂ ਗਰਲ ਫਰੈਂਡ ਛਪਾਉਣ ਤੋਂ ਨਹੀਂ ਹੁੰਦਾ ਜਿੰਨਾ ਇਹਦਾ ਡਰ ਲੱਗਣ ਡਿਆ ਮੈਨੂੰ। ਤੂੰ ਹਜੇ ਜਿੰਨਾ ਉਹ ਵੀ ਜਿੱਥੇ ਮਰਜ਼ੀ ਮਿਲ ਜਾਂਦੀ ਆ। ਤੂੰ ਪਰ ਜਦ ਲਾਗੇ ਲਾਗੇ ਪਿੰਡ ਵਾ, ਹੁਣ ਸ਼ਹਿਰ ਸਾਨੂੰ ਇੱਕ ਹੀ ਪੈਂਦਾ ਨਾ ਸਾਰਿਆਂ ਨੂੰ। ਤੇ ਸਿਆਪਾ ਖਾਨਾ ਹੀ ਆ ਗਿਆ। ਸਿਆਪਾ ਬੜਾ ਤਗੜਾ ਵਾ ਗਿਆ। ਉਹ ਕਹਿੰਦੀ ਬਾਹਰ ਜਾਣਾ ਛੇਤੀ ਦੀ ਬਾਹਰ ਜਾਏਗਾ। ਕਰਮਾਂ ਦੀਆਂ ਗੱਲਾਂ ਵਾ। ਆਹੋ ਜੇ ਉਹਨੇ ਤਮਾਸਾ ਵੇਖਣਾ ਹੈ ਨਾ ਤੇ ਗੱਲ ਉਹਨੇ ਵੀ ਦੱਸ ਦੇਣੀ ਹੈ। ਨਹੀਂ ਉੱਦਾਂ ਏਡੀ ਮੂਰਖ ਤਾਂ ਨਹੀਂ ਲੱਗਦੀ, ਉਹ ਹੈ ਤੇ ਸਿਆਣੀ ਆ। ਜੇ ਦੱਸਣਾ ਹੁੰਦਾ ਤਾਂ ਉਹਨੇ ਦੱਸ ਦੇਣਾ ਸੀ ਉਹਨੂੰ। ਆਹੋ ਕੋਈ ਪਤਾ ਹੜਾ ਹੁੰਦਾ ਬੰਦੇ ਦਾ। ਉਹ ਪਰ ਚਲੋ ਜਿੱਦਾਂ ਮੇਰੇ ਕੋਲ ਗੱਲ ਨਿਕਲ ਜਾਂਦੀ ਆ ਉਹਦੇ ਕੋਲ ਨਿਕਲ ਜੂਗੀ। ਨਹੀਂ ਹੈ ਰੇ ਭਲੀ ਲੋਕ ਆ ਵਿਚਾਰੀ, ਉਹ ਏਡੀ ਛੇਤੀ ਗੱਲ ਤਾਂ ਨਹੀਂ ਕਰਦੀ। ਪਰ ਇਹ ਹੈ ਕਿ ਪਤਾ ਨਹੀਂ ਹੁੰਦਾ, ਤੂੰ ਆਪਣੇ ਵੱਲੋਂ ਪੂਰਾ ਲਗਾਮਾ ਹੀ ਖਿੱਚ ਕੇ ਰੱਖ, ਤੂੰ ਨਾ ਬਹੁਤਾ ਉਹਨੂੰ ਮਿਲਣ ਦੇ ਤੇ ਨਾ ਉਹਨੂੰ ਫੋਨ ਤੇ ਬਹੁਤੀ ਗੱਲ ਹੀ ਕਰਦਾ। ਹੁਣ ਬਹੁਤਾ ਮੈਂ ਵੀਰ ਜੀ ਡੱਕ ਵੀ ਨਹੀਂ ਸਕਦਾ ਉਹਨੂੰ, ਕਿ ਉਹਦੀ ਸਹੇਲੀ ਆ ਤੇ ਨਾਲੇ ਹੁਣ ਤੀ ਕਹਿੰਦੇ ਭਲੀ ਮਾਸ ਵਾ। ਆਹ ਬਿਪਤਾ ਮੇਰੇ ਗੱਲ ਪਾ ਦਿੱਤੀ ਤੇ ਉਹ ਭਲੀ ਮਾਸ ਆ ਜਾਂਦੀ। ਮੇਰਾ ਤੇਰੇ ਗੱਲ ਤੁਸੀਂ ਹੱਥ ਜੋੜੇ, ਮੇਰਾ ਜੀਵਨ ਸੌਖਾ, ਜੀਵਨ ਸੌਖਾ ਹੋ ਜਾਂਦਾ। ਉਹਨੇ ਤੂੰ ਭਾਬੀ ਨਹੀਂ ਮੰਨਦੀ, ਖਾਸ ਮੈਂ ਨਹੀਂ ਮੰਨਦੀ, ਵਿਆਹ ਆਉਂਦਾ ਬੜੀ ਗੱਲ, ਅੱਜ ਹੀ ਉਹਨੇ ਸਾਰੀ ਦੁਨੀਆ ਹੁੰਦੀ ਆਈ ਤੇ ਭਾਬੀ ਨੇ ਜੀਣ ਦੇਣਾ ਸੀ ਉਹਨੂੰ। ਉਹਦੀ ਵੱਡ ਉਹਨੇ ਫਿਰ ਉਹਨੇ ਸੁਰਾ ਲਾ ਕੇ ਮਾਰ ਦੇਣਾ ਸੀ ਇਹਨੂੰ। ਆਹ ਸਿਓ ਲੈਂਦੀ ਬੜੇ ਹਟੇ ਜੇ ਮਾੜੇ ਮੋਟੇ। ਉਹ ਫਿਰ ਸਿਆਪਾ ਸਾਡੇ ਦੋਵਾਂ ਭਰਾਵਾਂ ਦੇ ਭਾਰਾ ਪੈਣਾ, ਵਾਅਦੇ ਸਾਰੇ ਤੇ ਰਹਿੰਦੀ ਆ। ਉਹਨੂੰ ਮੈਂ ਡੱਕ ਡੱਕ ਰੱਖਦਾ। ਇੱਦਾਂ ਕਰਦੀ ਹਾਂ, ਪਹਿਲਾਂ ਨਾ ਮੈਂ ਜਾ ਕੇ ਤੇ ਇਹਨਾਂ ਨੂੰ ਪੁੱਛ ਹੀ ਆਵਾਂ ਕਿ ਤੁਸੀਂ ਰਿਚਾਰਜ ਕਰਤਾ ਜਾਂ ਨਹੀਂ। ਜੇ ਕਰਤਾ ਹੋਇਆ ਤਾਂ ਮੈਂ ਮਨਪ੍ਰੀਤ ਨੂੰ ਫੋਨ ਹੀ ਲਾ ਲੈਂਦੀ, ਮੁੜ ਕੇ ਫਿਰ ਇਹਨੇ ਆ ਜਾਣਾ ਆ ਦੀਦੀ ਨੇ, ਅਤੇ ਆ ਕੇ ਤੇ ਕੁੜ ਕੁੜ ਕਰਨ ਲੱਗ ਪੈਣੀ ਆ, ਅਤੇ ਨਾਲੇ ਇਹਨੇ ਫਿਰ ਕਹਿਣਾ ਗੱਲਾਂ ਬਣਾਉਣੀਆਂ ਆ, ਅਤੇ ਅਗਲੀ ਕੀ ਸੋਚੂਗੀ ਫਿਰ ਵੀ ਜਿੱਥੇ ਜਾਓ ਤਾਂ ਇਹਦੀ ਜਠਾਣੀ ਪਹਿਲੀ ਆ ਜਾਂਦੀ। ਚੱਲ ਮੈਡਮ ਆ ਕੇ ਕਰਦੀ ਹਾਂ, ਪਹਿਲਾਂ ਨਾ ਮੈਂ ਪੁੱਛ ਹੀ ਆਉਂਦੀ ਇਹਨਾਂ ਨੂੰ। ਚੱਲ ਜਿੰਨਾ ਚਿਰ ਬਗਿਆ ਨੇ ਨਾ ਬਚ ਕੇ ਰਹਿ, ਇੱਥੇ ਬੈਠੀ ਗੱਲ ਸੁਣਨਾ ਲਵੇ। ਚੱਲ ਕੋਈ ਨਹੀਂ, ਕਰਤਾ ਮੇਰਾ ਫੋਨ ਚਾਰਜ? ਤੈਨੂੰ ਫੋਨ ਦੀ ਪਈ ਆ, ਹੱਥ ਲੱਭੜੇ ਉਦਾਂ ਹੀ ਆ ਗਈ ਆ। ਤੈਨੂੰ ਮੈਂ ਆਖਿਆ ਕਵਿਤਾ ਚਿਰ ਨੂੰ ਆਦੀ ਜੇ ਤੂੰ। ਨਹੀਂ ਉਹ ਮੈਂ ਕੱਟਦੀ ਪਈ ਆ, ਮੈਂ ਕਿਹਾ ਫੋਨ ਨਾ ਕਰ ਲਵਾਂ, ਮਨਜੀਤ ਨੂੰ ਕਰਨਾ ਹੀ ਫੋਨ। ਤੂੰ ਬਹੁਤ ਜ਼ਰੂਰੀ ਕੰਮ ਕੋਈ? ਆਹੋ ਤੇ ਕਰਨਾ ਹੀ ਫੋਨ, ਤੇ ਇਦਾਂ ਕਿੱਦਾਂ ਬੋਲਣ ਨੇ। ਆਹੋ ਕਿ ਮਨਪ੍ਰੀਤ ਦਾ ਜ਼ਰੂਰੀ ਕੰਮ ਨਹੀਂ ਜਾਂ ਮੇਰਾ ਕੰਮ ਜ਼ਰੂਰੀ ਹੈ? ਜਦੋਂ ਮੈਂ ਕਿਹਾ ਤਾਂ ਪਪੀਤਾ ਕੱਟ ਕੇ ਲਿਆ ਦੇ। ਨਹੀਂ ਮੈਂ ਕੱਟਦੀ ਪਈ ਆ, ਮੈਂ ਕਿਹਾ ਚੱਲ ਸੁਣ ਲੈਂਦੀ ਫੋਨ। ਤੇ ਨਾਲੇ ਗੱਲ ਸੁਣ ਮੇਰੀ, ਉਹਨਾਂ ਦੀ ਭਾਬੀ ਨਾਲ ਲੱਗ ਗਈ ਲੁਗਦੀ ਪਿੱਛੇ ਪੇਕਿਆਂ ਬੁਕਿਆਂ ਦੀ ਮਨਪ੍ਰੀਤ ਜੀ। ਅੱਛਾ ਉਹ ਤਾਂ ਔਖੀ ਨਹੀਂ ਭਾਬੀ ਤੇ ਘੱਟ ਹੀ ਗੱਲ ਨਹੀਂ ਮੈਨੂੰ ਲੱਗ ਗਿਆ ਖੜੀ ਹੋਣ ਦੀ ਦੀਦੀ ਨੇ। ਆਹੋ ਤੇ ਘੱਟ ਹੀ ਗੱਲ ਗੁਣ ਕਰ ਕਰੀ ਹਾਂ ਮੁਰਗੇ ਨਾਲ ਭੇਜ ਦੇ ਦੀ ਉਹਨੂੰ। ਲੈ ਦੱਸ ਮੈਂ ਵਾ ਤੂੰ ਭੇਜ ਦੇਣੇ, ਮੈਂ ਤੇ ਇੱਧਰ ਦੀ ਕੋਈ ਗੱਲ ਕਰਨੀ ਨਹੀਂ, ਚੱਲ ਬੰਦੇ ਨੇ ਹਾਲ ਚਾਲ ਹੀ ਪੁੱਛਣਾ ਹੁੰਦਾ। ਹਾਂ ਚੱਲ ਤੂੰ ਠੀਕ ਹੀ ਆ ਤੂੰ? ਲੈ ਦੱਸ ਫਿਰ ਕੀ ਹੋਇਆ, ਸਹੇਲੀ ਆ ਮੇਰੀ, ਫਿਰ ਕੀ ਹੋਇਆ ਜੇ ਗੱਲ ਕਰ ਲਈ? ਉਹ ਜਦੋਂ ਵਿਆਹ ਹੋ ਜਾਂਦਾ ਨਾ ਯਾਰ ਉਦੋਂ ਸਭ ਪਿੱਛੇ ਰਹਿ ਜਾਂਦੇ ਆ, ਤੂੰ ਆਪਣੇ ਘਰ ਰਾਜੀ ਰਹਿ, ਉਹ ਆਪਣੇ ਘਰ ਰਾਜੀ ਰਹਿ। ਤੁਸੀਂ ਤੇ ਪਤਾ ਨੀ ਕੀ, ਮੈਂ ਤੇ ਜਦੋਂ ਮੈਂ ਉਹਨੂੰ ਮਿਲਦੀ ਉਧਰੋਂ ਤੁਸੀਂ ਗੁੱਸੇ ਹੁੰਦੇ ਰਹਿੰਦੇ, ਉਧਰੋਂ ਦੀਦੀ ਗੁੱਸੇ ਹੁੰਦੀ ਰਹਿੰਦੀ, ਮੈਨੂੰ ਇੱਕ ਤੇ ਤੁਹਾਡੀ ਨੀ ਸਮਝ ਲੱਗਦੀ। ਉਹ ਨੈਟਵਰਕ ਪ੍ਰੋਬਲਮ ਚੱਲਣ ਡਈ ਆ ਤੇ ਮੁੜ ਕੇ ਕਰਦਾ ਚਾਰਜ, ਮੈਂ ਤੂੰ ਕੱਟ ਕੇ ਲਿਆ ਬਿਨਾ।
ਲਿਆਉਣੀ ਆ ਤੇ ਕਰ ਦਿਓ ਫੇਰ ਐਵੇਂ ਗੱਲਾਂ ਨਾ ਬਣਾਈ ਜਾਓ। ਉਹ ਕਰ ਦਿੰਦਾ ਵਾ ਭਰਾਵਾ, ਮੇਰੀ ਰਿਸ਼ਤੇਦਾਰੀ ਕਿਹੜੇ ਪਾਸੋਂ ਬਣਾਈ ਜਾਂਦਾ ਤੇ ਮੈਂ ਕੀ ਕਰਨਾ, ਮਰਦ ਨਾਲ ਚੱਬਣਾ ਹੀ ਆ। ਕੋਈ ਹੋਰ ਬਹਾਨਾ ਲੱਭ ਲਾ ਕਿ ਇਹੋ ਸਿਆਪਾ ਪਾਉਣਾ ਨਵੇਂ ਵਿੱਚ ਕੋਈ ਨਾ ਕੋਈ। ਤੇ ਭਾਬੀ ਦੇ ਡਰ ਪਾਇਆ ਹੋਵੇ ਤਾਂ ਆਪੇ ਘੱਟ ਕਰੂ ਗੱਲ। ਤੂੰ ਪੈ ਗਈ ਨਾ ਰੀਚਾਰਜ ਕਰ ਦੋ ਚਾਰ। ਮੇਰੇ ਕੋਲ ਗੱਲ ਵੀ ਨਹੀਂ ਹੋਣੀ, ਗੱਲ ਵਾਲਾ ਟਕਣ ਡਿਆ ਵਾਂ, ਇੰਨਾ ਡਰ ਮੈਨੂੰ ਦੇ। ਤੂੰ ਤਾਂ ਬਹੁਤਾ ਥੱਲੇ ਲੱਗਦਾ ਜਾਂਦੇ ਭਰਾਵਾ, ਕਲੇਸ਼ ਤੋਂ ਡਰਦਾ ਵਾਂ। ਚੱਲ ਕੋਈ ਨਹੀਂ, ਲਾਉਂਦੇ ਕੋਈ ਜੁਗਾੜ ਇਹਦਾ ਵੀ। ਹਾਂ ਮੇਰੀ ਜ਼ੁਬਾਨ ਹੀ ਵਾਲ ਖਾਈ ਜਾਂਦੀ ਹੈ। ਕਰਦੇ ਕੋਈ ਨਾ ਕੋਈ ਹੱਲ ਇਹਦਾ ਵੀ ਫਿਰ। ਕਰੋ ਛੇਤੀ, ਮੈਂ ਕਹਿੰਦਾ ਬਾਬਾ ਜੀ ਦਸਾਂ ਰੁਪਈਆ ਪ੍ਰਸ਼ਾਦ ਚੜਾਊਂਗਾ ਉਹਨੂੰ, ਘਰ ਘੱਲ ਦੇ ਮਿਰਕਾ ਮੁਰਕਾ। ਉਹ ਚੱਲ ਉਹਦੀ ਫਾਈਲ ਲੱਗੀ ਆ, ਕਿਤੇ ਨਾ ਕਿਤੇ ਜਾਊਗੀ। ਹੋਰ ਇਹ ਕਿਹਾ ਕਿ ਮਹਾਰਾਜ ਉਹਦੀ ਜ਼ਬਾਨ ਨੂੰ ਤਾਲਾ ਲਾ ਕੇ ਰੱਖੀ, ਉਹ ਤੇਰੇ ਬਾਰੇ ਕੋਈ ਗੱਲ ਹੀ ਨਾ ਕਰੇ ਇਹਦੇ ਨਾਲ। ਉਹ ਚੱਲ ਗਈ ਬਾਹਰ ਤੇ ਮੈਂ ਫੋਨ ਕਰ ਦੇਣਾ, ਨੰਬਰ ਡਿਲੀਟ ਕਰ ਦੇਣਾ ਫੋਨ ਚੋਂ। ਮੁੜੇ ਕਹਿੰਦੇ ਕਰਨਾ ਕਿਤੇ ਨਹੀਂ, ਬਲੌਕ ਮਾਰ ਛੱਡੀ ਨੰਬਰ ਮੁੜ ਕੇ। ਹਾਂ ਚੱਲ ਠੀਕ ਹੈ ਫਿਰ। ਇੱਕ ਦਿਨ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ, ਫੇਰ ਪੈ ਗਏ ਮੈਨੂੰ ਅੱਜ। ਦੱਸ ਮਨਪ੍ਰੀਤ ਦਾ ਨਾਂ ਬਾਹਰ ਚਲੇ ਲੈਂਦੀ ਆ, ਪੈਰ ਪਹਿਲੀ ਜਾਂਦੇ ਆ, ਪਤਾ ਨਹੀਂ ਕੀ ਗੱਲ। ਦੀਦੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ, ਵੀ ਆ ਮਨਪ੍ਰੀਤ ਭਲਾ ਤੁਹਾਡੀ ਕੀ ਲੱਗਦੀ, ਰਿਸ਼ਤੇਦਾਰ ਆ? ਮੈਂ ਨਾ ਮਿਰਚਾਂ ਤੋੜ ਕੇ ਲਿਆਵਾਂ, ਸਬਜ਼ੀ ਕੱਟਣ ਡਈ ਆ ਨਾ। ਹਾਂ ਮੰਮੀ ਤੁਹਾਨੂੰ ਕੀ ਹੋ ਗਿਆ, ਮੈਂ ਤੈਨੂੰ ਪੀਤਾ ਪੀਤਾ ਨੀ। ਉਹ ਪੱਕਣ ਡਈਆਂ, ਮੈਂ ਤੋੜ ਕੇ ਤੇ ਲੈ ਆਉਂਦੀ ਪਈਆਂ ਮਾਤਾ ਬਥੇਰੀਆਂ। ਮੰਮੀ ਮੰਮੀ ਜਾਓ ਲਿਆਓ। ਮਨਪ੍ਰੀਤ ਮੇਰੀ? ਆਹੋ ਕੀ ਤੁਹਾਡੀ ਕੋਈ ਰਿਸ਼ਤੇਦਾਰ? ਇਹ ਕੁੜੀ ਨੇ ਸਿਆਪਾ ਪਾਉਣਾ ਹੀ ਆ ਕੋਈ ਨਾ ਕੋਈ। ਚੱਲ ਮੈਂ ਤਾਂ ਨਹੀਂ ਗਾ ਘਰ ਅੰਦਰ ਵੜਨਾ, ਮੈਂ ਜਾਂਦੀ ਹਾਂ ਅਤੇ ਘੜੀ ਕੁ ਜੋ ਗੱਲ ਠੰਡੀ ਹੋ ਜੂਗੀ ਉਦੋਂ ਆਊਂਗੀ। ਮਨਪ੍ਰੀਤ ਮਨਪ੍ਰੀਤ ਮੈਂ ਤੇਰੇ ਗੁਣੋਂ ਬੁਲਾ ਲਾਉਣੀ, ਸਿਆਪਾ ਪਾਉਣਾ ਹੀ ਹੋ ਨਾ। ਅੱਗੇ ਮਨਪ੍ਰੀਤ ਨੇ ਝੂਠ ਬੋਲ ਕੇ ਸਿਆਪਾ ਪਾਇਆ ਏ, ਹੁਣ ਤੁਸੀਂ ਸਿਆਪਾ ਪਾ ਲਓ ਸਾਲੀ ਬਣਾ ਕੇ। ਕਿਤੇ ਨਹੀਂ ਸਿਆਪਾ ਪੈਂਦਾ, ਸਿਆਪੇ ਤੋਂ ਬਚਾਉਣ ਵਾਸਤੇ ਬਹਾਨਾ ਮਾਰਿਆ ਵਾ। ਉਹਦੇ ਨੇੜੇ ਵੀ ਰਹਿੰਦੀ ਬਾਰ ਬਾਰ ਕੋਈ ਗੱਲ, ਮਨਪ੍ਰੀਤ ਨੂੰ ਫੋਨ ਲਾ, ਮਨਪ੍ਰੀਤ ਨੂੰ ਫੋਨ ਲਾ ਲਓ। ਮੈਂ ਤੇ ਮੰਨੀ ਨੂੰ ਕਿਹਾ ਕਿ ਬਚ ਕੇ ਰਹਿ ਥੋੜਾ ਬਹੁਤਾ, ਕਲਾ ਪੈ ਜਾਣੀ ਬੜੀ ਤਗੜੀ ਸੀ ਨਾ। ਇਹਨੂੰ ਕਿੱਥੋਂ ਮਨਪ੍ਰੀਤ ਦਾ ਭੂਤ ਜਾਗ ਗਿਆ? ਉਹਦੀ ਸਹੇਲੀ ਜੂ ਆ, ਉਹਦੇ ਉਹਦੇ ਗੱਲ ਕਹਿੰਦੀ ਰੀਚਾਰਜ ਕੋਲ ਕੀਤਾ ਮੇਰਾ ਫੋਨ, ਮੈਂ ਫੋਨ ਕਰਨਾ ਪੜ੍ਹਾਈ ਚੱਲਦੀ ਆ। ਆਈਲੈਟਸ ਚੱਲਦੀ ਆ, ਜਿਹੜੀ ਡਿਗਰੀ ਕੀਤੀ ਉਹ ਲੱਗਦੀ ਆ ਨਾਲ। ਤੇ ਜੇ ਕਿਸਮਤ ਹੀ ਮਾੜੀ ਹੋਊਗੀ, ਜਿੱਦਾਂ ਇਧਰ ਕਿਸਮਤ ਮਾੜੀ ਨਿਕਲ ਆਈ ਤੇ ਉੱਥੇ ਵੀ ਨਿਕਲ ਆਊਗਾ, ਤਾਂ ਕੀ ਪਤਾ। ਫੇਰ ਕਿਸਮਤ ਉਹਦੀ ਮਾੜੀ ਤੂੰ ਕੀਤੀ, ਮੈਂ ਕਹਿੰਦੀ ਨਾ ਭਾਣੀਆਂ ਮਾਜੀ ਅੱਜ ਇੱਥੇ ਐਵੇਂ ਬੈਠੀ ਹੋਣਾ ਸੀ ਮਜੇ ਨਾਲ, ਤੇ ਆ ਕੋਈ ਕਲਾ ਨਹੀਂ ਹੋਣੀ ਹੁਣ, ਕੋਈ ਸੁਣਦੀ ਨਾ ਬੱਤੀ ਬੱਤੀ ਗੱਲਾਂ। ਉਹ ਕਿੱਥੇ ਸੁਣਾ ਕੇ ਜਾਊਗੀ ਭਲਾ ਮੈਨੂੰ ਗੱਲਾਂ? ਹੈ ਮੈਨੂੰ ਭੁਲੇਖਾ ਨਹੀਂ ਗਾ,
ਥਰ ਥਰ ਕੰਬਦੀ ਉਹਦੇ ਗਾੜੀ ਤੂੰ। ਆਹੋ ਕਦੀ ਕਦੀ ਹੋ ਜਾਂਦਾ ਵਾ ਕੇ ਹੋ ਜਾਂਦਾ ਰਿਸ਼ਤਾ ਆਇਆ ਹੁੰਦਾ ਨਾ ਤੇਰੇ ਮਾਂ ਨਾਲ ਰਾਣੀ ਮੈਂ ਬੈਠਦੇ ਬੈਠਦੇ ਸਾਰਾ ਕੰਮ ਨੇ ਕੱਲੀ ਨੀ ਕਰੀ ਆਇਆ ਕਰਨਾ ਤੁਹਾਡਾ ਕਰਦਾ ਵਾ ਵੀ ਸਾਡੇ ਦੋਵਾਂ ਦੇ ਸਿੰਘ ਫਸੇ ਰਹਿਣ ਜੇ ਉਹ ਕੋ ਕਹਿੰਦੀ ਤੇ ਮੈਂ ਉਸ ਵੇਲੇ ਉਹਨੂੰ ਫਟਾ ਕੇ ਜਵਾਬ ਦੇਵਾਂ ਤੇ ਮੈਂ ਉਹਨੂੰ ਆਪਣੀ ਗੱਲ ਪਵਾ ਲਾ ਹਨਾ। ਮੈਂ ਤੁਹਾਨੂੰ ਇਹੋ ਕਹਿੰਦੀ ਕਿ ਭਲੇ ਭਲੀ ਚਾਹੁੰਦੀ ਆ ਨਾ ਚੋਪੀ ਚੰਗੀ ਆ ਉਹ ਬੜੀ ਤੇਜ਼ ਤਰਾ ਰਹੀ ਉਹਨੇ ਡੁੱਗ ਨਾ ਕਢਾ ਲਈ ਉਹਦੇ ਕੋਲ ਆਪਣੇ ਐਵੇਂ ਨਾ ਮੈਨੂੰ ਡਰਾਈ ਜਾਓ ਹਕੀਕਤ ਤੂੰ ਜਾਣੂ ਡਿਆ ਕਰਾਉਣ ਤੈਨੂੰ ਡਰਾਉਣ ਨਹੀਂ ਡਿਆ ਮਾਰਦੀ ਮੈਨੂੰ ਪਤਾ ਸੀ ਸੁੱਖ ਨੇ ਨੀ ਮੇਰੇ ਗੱਲ ਪੈਣਾ ਮੈਨੂੰ ਪਤਾ ਸੀ ਮਨਪ੍ਰੀਤ ਨੇ ਨੀ ਮੇਰੇ ਗੱਲ ਪੈਣਾ ਹੁਣ ਇਹ ਜਿਹੜੀ ਆ ਇਹ ਸੱਚੀ ਹਿਸ਼ੇ ਚ ਗੱਲ ਪੈਂਦੀ ਮੇਰੇ ਇਹਦੇ ਕੋਲ ਮੰਨਾ ਡਰਦਾ ਮੰਨਾ ਨਾ ਮੇਰੇ ਭਰਾਵਾ ਆਵਾਜ਼ ਨੀ ਨਿਕਲਦੀ ਸਾਹਮਣੇ ਮਨਪ੍ਰੀਤ ਬਾਰੇ ਪੁੱਛਣ ਡੇ ਸੀ ਮੈਨੂੰ ਇਹ ਨੀ ਸਮਝ ਲੱਗਦਾ ਕਿਹੜਾ ਬੇੜਾ ਘਲੀ ਸੀ ਜਦੋਂ ਇਹਦੀ ਮਨਪ੍ਰੀਤ ਸਹੇਲੀ ਬਣ ਗਈ ਹਾਏ ਹਾਏ ਇਹਦੀ ਉਹਨਾਂ ਨਾਲ ਕਿੱਦਾਂ ਯਾਰੀ ਪੈ ਗਈ ਉਹ ਤੈਨੂੰ ਅੱਗੇ ਭੁਲੇਖਾ ਵਾ ਜੱਟਾਂ ਦੀ ਨਾਨੀ ਉਹਦੀ ਇੱਕ ਹੀ ਹੁੰਦੀ ਆ ਹਾਂ ਯਾਰ ਸਾਡੇ ਘਰ ਇੱਕ ਹੋਣੀ ਸੀ ਆਂਟੀ।